ਹਮੇਸ਼ਾ ਟੀਵੀ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਨਾਜ਼ਰੀਨ, ਅੱਜ ਤੁਹਾਡੇ ਨਾਲ ਇੱਕ ਬੜੇ ਹੀ ਪਿਆਰੇ ਰਿਸ਼ਤੇ ਬਾਰੇ ਗੱਲ ਕਰਨ ਦਾ ਮਨ ਬਣਾਇਆ ਹੈ। ਅਤੇ ਰਿਸ਼ਤਾ ਹੈ ਜੀ ਦੋਸਤੀ ਦਾ ਰਿਸ਼ਤਾ। ਦੋਸਤੀ ਦਾ ਦਾਅਵਾ ਤਾਂ ਸਾਰੇ ਕਰਦੇ ਨੇ, ਪਰ ਤਰਬੂਜ਼ ਵਾਂਗ ਕੋਈ ਕੋਈ ਦੋਸਤੀ ਮਿੱਠਾ ਹੁੰਦਾ ਹੈ। ਸਾਡੀ ਖੁਸ਼ਹਾਲੀ ਦੇ ਦਿਨਾਂ ਵਿੱਚ ਸਾਨੂੰ ਦੋਸਤ ਮਿਲਦੇ ਨੇ ਅਤੇ ਮੁਸੀਬਤ ਵੇਲੇ ਪਰਖੇ ਜਾਂਦੇ ਨੇ। ਸੁੱਖ ਵੇਲੇ ਮਤਲਬੀ ਯਾਰ ਭਾਵੇਂ ਢੁੱਕ ਢੁੱਕ ਕੇ ਤੁਹਾਡੇ ਨਾਲ ਬਹਿੰਦੇ ਨੇ, ਪਰ ਜਦ ਕਦੀ ਮੁਸੀਬਤ ਆ ਪਵੇ ਤਾਂ ਫਿਰ ਉਸ ਵੇਲੇ ਕੱਚੇ ਯਾਰ ਜਿਹੜੇ ਨੇ ਉਹ ਸਾਥ ਛੱਡ ਜਾਂਦੇ ਨੇ। ਇਸ ਲਈ ਕਿਹਾ ਜਾਂਦਾ ਹੈ ਕਿ ਲੱਡੂ ਮੁੱਕ ਗਏ ਯਾਰਾਨੇ ਟੁੱਟ ਗਏ, ਕੱਚੀ ਯਾਰੀ ਲੱਡੂਆਂ ਦੀ। ਅਤੇ ਸੱਚੇ ਦੋਸਤ ਦੀ ਪਛਾਣ ਕਰਨ ਵਾਲਾ ਇੱਕ ਵਾਕ ਵੀ ਬੜਾ ਮਸ਼ਹੂਰ ਹੈ। ਉਹ ਵਾਕ ਹੈ ਕਿ ਇਹ ਫਰੈਂਡ ਇਨ ਨੀਡ, ਇਹ ਫਰੈਂਡ ਇਨ ਡੀਡ। ਮਤਲਬ ਸਾਫ ਹੈ ਕਿ ਜਿਹੜਾ ਦੋਸਤ ਤੁਹਾਡੀ ਲੋੜ ਵੇਲੇ ਤੁਹਾਡੇ ਨਾਲ ਖੜੋਂਦਾ ਹੈ ਨਿਰਸੰਦੇਹ, ਉਹ ਹੀ ਤੁਹਾਡਾ ਸੱਚਾ ਦੋਸਤ ਹੁੰਦਾ ਹੈ। ਅਤੇ ਪੰਜਾਬੀ ਵਿੱਚ ਅੱਜ ਤੋਂ ਕਈ ਸਦੀਆਂ ਪਹਿਲਾਂ ਬਾਬਾ ਫਰੀਦ ਨੇ ਇਹ ਗੱਲ ਲਿਖ ਦਿੱਤੀ ਸੀ। ਅਤੇ ਤੁਸੀਂ ਉਹਨਾਂ ਦਾ ਉਹ ਸਲੋਕ ਵੀ ਜ਼ਰੂਰ ਸੁਣਿਆ ਹੋਵੇਗਾ ਕਿ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜ੍ਹੇ ਦਿਸਣ। ਮਤਲਬ ਕਿ ਅਸਲੀ ਸੱਜਣ ਉਹ ਹੈ ਜਿਹੜਾ ਹਰ ਦੁੱਖ ਸੁੱਖ ਵੇਲੇ ਸਾਡੇ ਅੰਗ ਸੰਗ ਰਹਿੰਦਾ ਹੈ। ਜਿੱਥੇ ਵੀ ਉਹਦੀ ਲੋੜ ਪਵੇ ਉਹ ਉੱਥੇ ਹੀ ਤੁਹਾਡੇ ਸੱਜੇ ਖੱਬੇ ਖੜੋਤਾ ਨਜ਼ਰ ਆਉਣਾ ਚਾਹੀਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਬੰਦਾ ਦੋਸਤਾਂ ਤੋਂ ਬਿਨਾਂ ਕੁਝ ਵੀ ਨਹੀਂ। ਲੋੜ ਵੇਲੇ ਹੀ ਦੋਸਤ ਦੀ ਲੋੜ ਨਹੀਂ ਪੈਂਦੀ, ਸਗੋਂ ਆਪਣੇ ਆਪ ਨੂੰ ਪਛਾਣਨ ਲਈ ਵੀ ਦੋਸਤਾਂ ਦੀ ਹੋਂਦ ਬਹੁਤ ਜ਼ਰੂਰੀ ਹੈ। ਕਿਸੇ ਵਿਅਕਤੀ ਦੇ ਕਾਲੇ ਅਤੇ ਚਿੜਚਿੜੇ ਸੁਭਾਅ ਦਾ ਅਸਲ ਕਾਰਨ ਇਹ ਹੁੰਦਾ ਹੈ ਕਿ ਉਸਨੂੰ ਚੰਗੇ ਦੋਸਤ ਨਹੀਂ ਮਿਲੇ ਹੁੰਦੇ। ਸਾਡੀ ਸ਼ਖਸੀਅਤ ਲਈ ਸਾਡੇ ਦੋਸਤ ਦਾ ਉਹੀ ਰੋਲ ਹੁੰਦਾ ਹੈ ਜੋ ਸਾਡੀ ਬਿਮਾਰੀ ਦੀ ਹਾਲਤ ਵਿੱਚ ਡਾਕਟਰ ਦਾ। ਜਦੋਂ ਅਸੀਂ ਕਿਸੇ ਮੁਸ਼ਕਲ ਵੇਲੇ ਮਾਨਸਿਕ ਤੌਰ 'ਤੇ ਡਾਵਾਂਡੋਲ ਹੋ ਜਾਂਦੇ ਹਾਂ ਤਾਂ ਸਾਡੇ ਦੋਸਤ ਦਾ ਪਹਿਲਾ ਕੰਮ ਇਹ ਹੁੰਦਾ ਹੈ ਕਿ ਉਹ ਸਾਨੂੰ ਉਲਾਰ ਨਾ ਹੋਣ ਦੇਵੇ, ਸਾਡਾ ਹੌਸਲਾ ਵਧਾਵੇ, ਸਾਡੇ ਮਨ ਨੂੰ ਡੋਲਣਾ ਦੇਵੇ। ਇਵੇਂ ਦੋਸਤ ਸਾਡੀ ਹੀ ਤੱਕੜੀ ਦਾ ਦੂਜਾ ਸ਼ਾਬਾ ਹੁੰਦਾ ਹੈ। ਉਂਝ ਤਾਂ ਦੋਸਤ ਉਹ ਹੁੰਦੇ ਨੇ ਜੋ ਸੁੱਖ ਦੇਣ ਵਾਲੇ ਹੋਣ। ਉਂਝ ਸਿਆਣੇ ਗੱਲ ਨੂੰ ਕੁਝ ਇੰਝ ਵੀ ਕਹਿੰਦੇ ਨੇ ਕਿ ਦੋਸਤ ਅਤੇ ਦੁਸ਼ਮਣ ਦੋਵੇਂ ਦੁੱਖ ਦਿੰਦੇ ਨੇ। ਦੋਸਤ ਵਿਛੜ ਕੇ ਦੁੱਖ ਦਿੰਦੇ ਨੇ ਅਤੇ ਦੁਸ਼ਮਣ ਮਿਲ ਕੇ ਦੁੱਖ ਦਿੰਦੇ ਨੇ। ਨਾਜ਼ਰੀਨ, ਅੱਜ ਗੱਲ ਕਰ ਰਹੇ ਹਾਂ ਦੋਸਤਾਂ ਦੀ ਦੋਸਤੀ ਬਾਰੇ। ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਦੋਸਤ ਸਾਡੇ ਆਪਣੇ ਵਿਚਾਰਾਂ ਦੇ ਪੱਕਣ ਅਤੇ ਸਾਡੀ ਸ਼ਖਸੀਅਤ ਦੇ ਰਸਨ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰਦੇ ਨੇ, ਕਿਉਂਕਿ ਆਪਣੇ ਵਿਚਾਰਾਂ ਦਾ ਸਭ ਤੋਂ ਪਹਿਲਾ ਪ੍ਰਗਟਾਵਾ ਅਸੀਂ ਆਪਣੇ ਦੋਸਤਾਂ ਸਾਹਮਣੇ ਕਰਦੇ ਹਾਂ। ਇਹ ਇੱਕ ਮਨੋਵਿਗਿਆਨਿਕ ਸੱਚਾਈ ਹੈ ਕਿ ਅਸੀਂ ਆਪਣੇ ਖੁਸ਼ੀ ਅਤੇ ਦੁੱਖ ਦੇ ਪਲ ਹੀ ਨਹੀਂ, ਸਗੋਂ ਜ਼ਿੰਦਗੀ ਦੇ ਡੂੰਘੇ ਰਾਜ਼ ਵੀ ਦੋਸਤਾਂ ਨਾਲ ਹੀ ਸਾਂਝੇ ਕਰਦੇ ਹਾਂ। ਅਸੀਂ ਜੀਵਨ ਵਿੱਚ ਤਿੰਨ ਪ੍ਰਕਾਰ ਦੇ ਲੋਕਾਂ ਨੂੰ ਮਿਲਦੇ ਹਾਂ, ਆਪਣੇ ਤੋਂ ਉੱਚਿਆਂ ਨੂੰ, ਆਪਣੇ ਵਰਗਿਆਂ ਨੂੰ ਅਤੇ ਆਪਣੇ ਤੋਂ ਨੀਵਿਆਂ ਨੂੰ। ਦੋਸਤੀ ਨਾਲ ਵੱਡਿਆਂ ਨਾਲ ਹੋ ਸਕਦੀ ਹੈ, ਨਾ ਆਪਣੇ ਤੋਂ ਨੀਵਿਆਂ ਜਾਂ ਛੋਟਿਆਂ ਨਾਲ। ਸਾਡੇ ਦੋਸਤ ਸਾਡੇ ਵਰਗੇ ਹੁੰਦੇ ਨੇ। ਇਸੇ ਕਰਕੇ ਗੁਰੂ ਸਾਹਿਬ ਨੇ ਵੀ ਕਿਹਾ ਹੈ ਕਿ ਨਾਲ ਨਿਆਣੇ ਦੋਸਤੀ ਕਦੇ ਨਾ ਆਵੇ ਰਾਸ। ਸੋ ਇਸ ਗੱਲ ਵਿੱਚ ਬੜੀ ਵੱਡੀ ਸੱਚਾਈ ਲੁਕੀ ਹੋਈ ਹੈ ਕਿ ਦੋਸਤ ਸਾਡੇ ਆਪੇ ਦਾ ਹੀ ਇੱਕ ਰੂਪ ਹੁੰਦੇ ਨੇ। ਦੋਸਤ ਇੱਕ ਹੀ ਦੀਵੇ ਵਿੱਚ ਬਲਣ ਵਾਲੀਆਂ ਦੋ ਬੱਤੀਆਂ ਹੁੰਦੀਆਂ ਨੇ। ਕਈ ਲੋਕ ਦੋਸਤੀ ਨੂੰ ਠੀਕ ਪ੍ਰਸੰਗ ਵਿੱਚ ਨਹੀਂ ਸਮਝ ਸਕਦੇ। ਉਹ ਹਰ ਜਣੇ ਖਣੇ ਨੂੰ ਆਪਣਾ ਦੋਸਤ ਕਹਿੰਦੇ ਜਾਂ ਸਮਝਦੇ ਨੇ, ਪਰ ਸਿਆਣਿਆਂ ਦਾ ਕਥਨ ਹੈ ਕਿ ਮਿਲ ਜਾਵੇ ਤਾਂ ਇੱਕ ਦੋਸਤ ਹੀ ਕਾਫੀ ਹੁੰਦਾ ਹੈ। ਦੋ ਦੋਸਤਾਂ ਜਿਹੀ ਕੋਈ ਰੀਸ ਨਹੀਂ। ਤਿੰਨ ਦੋਸਤ ਕਰਮਾਂ ਵਾਲਿਆਂ ਦੇ ਹੁੰਦੇ ਨੇ ਅਤੇ ਚਾਰ ਦੋਸਤ ਤਾਂ ਸੰਭਵ ਹੀ ਨਹੀਂ। ਆਪਣੇ ਆਪ ਸੋਚੋ ਕੀ ਕੁਝ ਅਜਿਹਾ ਹੈ ਜੋ ਤੁਸੀਂ ਇਸ ਕਰਕੇ ਕਰਦੇ ਹੋ ਕਿਉਂਕਿ ਉਹ ਤੁਹਾਡੇ ਦੋਸਤ ਨੂੰ ਚੰਗਾ ਲੱਗਦਾ ਹੈ, ਜਾਂ ਕੁਝ ਅਜਿਹਾ ਹੈ ਜੋ ਤੁਸੀਂ ਇਸ ਲਈ ਨਹੀਂ ਕਰਦੇ ਕਿਉਂਕਿ ਉਹ ਤੁਹਾਡੇ ਦੋਸਤ ਨੂੰ ਚੰਗਾ ਨਹੀਂ ਲੱਗਦਾ। ਸਾਡੇ ਸਾਰੇ ਰਿਸ਼ਤੇ, ਸਮਾਜ ਜਾਂ ਸਾਡੇ ਮਾਪੇ ਨਿਸ਼ਚਿਤ ਕਰਦੇ ਨੇ। ਸੋ ਦੋਸਤੀ ਸਾਡਾ ਆਪਣੇ ਆਪ ਸਿਰਜਿਆ ਹੋਇਆ ਰਿਸ਼ਤਾ ਹੁੰਦਾ ਹੈ ਅਤੇ ਅੰਤਮ ਨਿਰਣੇ ਅਨੁਸਾਰ ਸਾਨੂੰ ਉਹੀ ਦੋਸਤ ਮਿਲਦੇ ਨੇ ਜਿਨ੍ਹਾਂ ਦੇ ਅਸੀਂ ਯੋਗ ਹੁੰਦੇ ਹਾਂ। ਸੋ ਚੜ੍ਹਦੀ ਜਵਾਨੀ ਵਿੱਚ ਦੋਸਤੀਆਂ ਪੈਂਦੀਆਂ ਨੇ। ਦੋਹਾਂ ਧਿਰਾਂ ਦੇ ਵਿਕਾਸ ਕਰਨ ਦੇ ਨਾਲ ਦੋਸਤੀਆਂ ਦਾ ਵੀ ਵਿਕਾਸ ਹੁੰਦਾ ਹੈ, ਦੋਸਤੀਆਂ ਵੀ ਵਿਕਾਸ ਕਰਦੀਆਂ ਨੇ। ਜਿਸ ਧਿਰ ਦਾ ਵਿਕਾਸ ਰੁਕ ਜਾਵੇ ਉਸ ਧਿਰ ਦੇ ਦੋਸਤੀ ਵਿੱਚੋਂ ਖਾਰਜ ਹੋਣ ਦੀ ਕਿਰਿਆ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਕੁਝ ਦੋਸਤ ਬਚਪਨ ਜਾਂ ਜਵਾਨੀ ਦੇ ਮੁੱਢਲੇ ਦਿਨਾਂ ਵਿੱਚ ਇੱਕ ਦੂਜੇ ਦੇ ਬਹੁਤ ਨੇੜੇ ਹੁੰਦੇ ਨੇ,
ਪਰ ਸਮੇਂ ਦੇ ਬੀਤਣ ਨਾਲ ਕਈ ਵਾਰ ਅਜਿਹੇ ਹਾਲਾਤ ਬਣ ਜਾਣੇ ਕਿ ਇੱਕ ਜਣਾ ਤਰੱਕੀ ਕਰਕੇ ਧਨ ਦੌਲਤ ਦੇ ਅਹੁਦੇ ਵੱਲੋਂ ਦੂਜੇ ਦੋਸਤ ਨਾਲੋਂ ਕਿਤੇ ਅੱਗੇ ਨਿਕਲ ਜਾਂਦਾ ਹੈ ਅਤੇ ਅਜਿਹੀ ਹਾਲਤ ਵਿੱਚ ਪਿੱਛੇ ਰਹਿ ਜਾਣ ਵਾਲਾ ਦੋਸਤ ਜੋ ਅਜੇ ਵੀ ਇਹ ਦਾਅਵਾ ਕਰੀ ਜਾਵੇ ਕਿ ਉਹ ਉਸ ਵੱਡੇ ਬਣ ਚੁੱਕੇ ਦੋਸਤ ਦਾ ਪਹਿਲਾਂ ਵਰਗਾ ਹੀ ਨਿੱਘਾ ਅਤੇ ਪਿਆਰਾ ਮਿੱਤਰ ਹੈ ਅਤੇ ਉਹ ਬੜਾ ਭੁਲੇਖੇ ਵਿੱਚ ਹੈ, ਉਸ ਨੂੰ ਇਸ ਦੋਸਤੀ ਦਾ ਮਾਣ ਨਹੀਂ ਕਰਨਾ ਚਾਹੀਦਾ, ਇਹ ਦਾਅਵਾ ਨਹੀਂ ਕਰਨਾ ਚਾਹੀਦਾ ਕਿ ਫਲਾਣਾ ਉਹਦਾ ਦੋਸਤ ਹੈ। ਅਜਿਹੇ ਵੱਡੇ ਬਣ ਚੁੱਕੇ ਦੋਸਤਾਂ ਬਾਰੇ ਤਾਂ ਇਹ ਕਹਿ ਸਕਦੇ ਹੋ ਕਿ ਉਹ ਫਲਾਣਾ ਬੰਦਾ ਮੇਰਾ ਜਾਣੂ ਹੈ, ਪਰ ਇਹ ਦਾਅਵਾ ਨਹੀਂ ਕਰ ਸਕਦੇ ਕਿ ਉਹ ਤੁਹਾਡਾ ਦੋਸਤ ਹੈ। ਕ੍ਰਿਸ਼ਨ ਅਤੇ ਸੁਦਾਮੇ ਦੀ ਦੋਸਤੀ ਵਰਗੀਆਂ ਗੱਲਾਂ ਹੁਣ ਸਿਰਫ ਕਿਤਾਬੀ ਗੱਲਾਂ ਨੇ। ਸੱਚੀ ਗੱਲ ਤਾਂ ਇਹੋ ਹੈ ਕਿ ਦੋਸਤੀ ਦੋ ਬਰਾਬਰ ਦੇ ਧਿਰਾਂ ਵਿੱਚ ਹੀ ਸੰਭਵ ਹੁੰਦੀ ਹੈ, ਜਿੱਥੇ ਇੱਕ ਦੋਸਤ ਦੀਆਂ ਕੀਤੀਆਂ ਦਾ ਬਦਲਾ ਚੁਕਾਉਣ ਦੀ ਸਮਰੱਥਾ ਜਾਂ ਸੰਭਾਵਨਾ ਨਾ ਹੁੰਦੇ ਹੋਏ ਵੀ ਦੋਸਤੀ ਦਾ ਤਵਾਜ਼ਨ ਵਿਗੜ ਜਾਂਦਾ ਹੈ ਅਤੇ ਦੋਵੇਂ ਧਿਰਾਂ ਜਿਹੜੀਆਂ ਨੇ ਉਹ ਉਚੇਸ਼ ਦਾ ਸ਼ਿਕਾਰ ਹੋ ਜਾਂਦੀਆਂ ਨੇ। ਸੋ ਦੋਸਤੀ ਇੱਕ ਅਜਿਹਾ ਵਾਤਾਵਰਨ ਹੈ ਜਿਸ ਵਿੱਚ ਸੰਪੂਰਨ ਸੁਰੱਖਿਆ ਦਾ ਅਨੁਭਵ ਹੋਵੇ ਅਤੇ ਕਿਸੇ ਵੀ ਹੋਰ ਥਾਂ ਦੇ ਮੁਕਾਬਲੇ ਸਾਹ ਸੌਖਾ ਆਵੇ। ਸੋ ਦੋਸਤ ਅਤੇ ਦੁਸ਼ਮਣ ਵਿੱਚ ਮੁਸਕਰਾਹਟ ਅਤੇ ਤਿਉੜੀ ਵਾਲਾ ਅੰਤਰ ਹੁੰਦਾ ਹੈ ਜੀ। ਉਚੇਸ਼ ਦਾ ਸ਼ਿਕਾਰ ਹੋਈ ਦੋਸਤੀ ਵਿੱਚ ਸਾਹ ਲੈਣਾ ਔਖਾ ਹੋ ਜਾਂਦਾ ਹੈ। ਦੋਸਤੀ ਨੂੰ ਘੁਣ ਉਦੋਂ ਲੱਗਦਾ ਹੈ ਜਦੋਂ ਉਸ ਵਿੱਚ ਅਜਿਹੇ ਛੋਟੇ ਛੋਟੇ ਦੋਸ਼ ਉਪਜ ਪੈਣ ਕਿ ਉਹਨਾਂ ਦੀ ਸ਼ਿਕਾਇਤ ਕਰਨੀ ਠੀਕ ਪ੍ਰਤੀਤ ਨਾ ਹੋਵੇ, ਪਰ ਇਹ ਦੋਸ਼ ਇਤਨੇ ਵੱਧ ਜਾਣ ਕਿ ਉਹਨਾਂ ਸੰਬੰਧੀ ਚੁੱਪ ਰਹਿਣਾ ਔਖਾ ਹੋ ਜਾਵੇ। ਸੋ ਰਾਜਨੀਤਿਕ ਸ਼ਕਤੀ ਵਾਲੇ ਵਿਅਕਤੀਆਂ ਵਿੱਚ ਦੋਸਤੀ ਸੰਭਵ ਨਹੀਂ ਹੁੰਦੀ, ਕਿਉਂਕਿ ਕੁਰਸੀ ਉੱਤੇ ਬੈਠਾ ਹਾਕਮ ਬਾਕੀ ਸਾਰਿਆਂ ਨੂੰ ਆਪਣੇ ਦੁਸ਼ਮਣ ਮਿੱਥ ਲੈਂਦਾ ਹੈ ਅਤੇ ਉਹਨਾਂ ਨੂੰ ਮਜਬੂਰ ਕਰ ਦਿੰਦਾ ਹੈ ਕਿ ਉਹ ਦੁਸ਼ਮਣਾਂ ਵਾਂਗ ਵਿਚਰਨ। ਸੋ ਉਮੀਦ ਹੈ ਕਿ ਇਹ ਗੱਲਾਂ ਤੁਹਾਨੂੰ ਠੀਕ ਲੱਗਦੀਆਂ ਹੋਣਗੀਆਂ। ਨਾਜ਼ਰੀਨ, ਅੱਜ ਅਸੀਂ ਦੋਸਤੀ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਪਿਆਰ ਅਸਲ ਵਿੱਚ ਖੂਬਸੂਰਤੀ ਦੀ ਭਾਵਨਾ ਵਿੱਚੋਂ ਉਪਜੀ ਦੋਸਤੀ ਹੁੰਦੀ ਹੈ ਅਤੇ ਅਜੋਕੇ ਯੁੱਗ ਵਿੱਚ ਸੱਚਾਈ ਅਤੇ ਇਮਾਨਦਾਰੀ ਵਾਂਗ ਦੋਸਤੀ ਵੀ ਦੁਰਲੱਭ ਹੋ ਗਈ ਹੈ। ਉਹ ਦੋਸਤ ਕਿੱਥੇ ਨੇ ਜਿਹੜੇ ਨਿਪੱਤਿਆਂ ਦੀ ਪੱਤ ਸਨ, ਨਿਓਟਿਆਂ ਦੀ ਓਟ ਸਨ? ਉਹ ਦੋਸਤ ਕਿੱਥੇ ਨੇ ਜਿਨ੍ਹਾਂ ਬਾਰੇ ਅਰਦਾਸ ਵਿੱਚ ਕਿਹਾ ਜਾਂਦਾ ਹੈ ਕਿ ਸੋਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਸੋ ਦੁਨੀਆ ਦਾ ਕੋਈ ਵੀ ਮਨੁੱਖ ਜਦ ਵੀ ਆਪਣੇ ਘੇਰੇ ਦੀ ਵਿਸ਼ਾਲਤਾ ਨੂੰ ਮਾਪਦਾ ਹੈ ਤਦ ਉਹ ਆਪਣੇ ਪਿੱਛੇ ਬਹੁ ਗਿਣਤੀ ਲੋਕਾਂ ਸ਼ਾਮਿਲ ਕਰਕੇ ਆਪਣੇ ਆਪ ਨੂੰ ਵੱਡਾ ਵਿਖਾਉਣ ਦਾ ਯਤਨ ਕਰਦਾ ਹੈ। ਅਤੇ ਅਸਲ ਵਿੱਚ ਕਿਸੇ ਵੀ ਮਨੁੱਖ ਕੋਲ ਜਿਤਨਾ ਜ਼ਿਆਦਾ ਘੇਰਾ ਵਿਸ਼ਾਲ ਹੁੰਦਾ ਹੈ, ਉਨਾ ਜ਼ਿਆਦਾ ਹੀ ਉਹਦੀ ਦੋਸਤੀ ਦਾ ਘੇਰਾ ਛੋਟਾ ਹੋ ਜਾਂਦਾ ਹੈ। ਦੁਨੀਆ ਦੇ ਮਹਾਨ ਪਾਕ ਪਵਿੱਤਰ ਅਵਤਾਰੀ ਪੁਰਸ਼ਾਂ ਨੂੰ ਜ਼ਿੰਦਗੀ ਵਿੱਚ ਦੋਸਤ ਬਹੁਤ ਹੀ ਘੱਟ ਮਿਲੇ ਸਨ, ਕਿਉਂਕਿ ਉਹ ਉੱਚੇ ਆਚਰਣ ਵਾਲੇ ਮਨੁੱਖ ਸੀ। ਦੁਨੀਆ ਵਿੱਚ ਉੱਚੇ ਆਚਰਣ ਵਾਲੇ ਲੋਕ ਬਹੁਤ ਹੀ ਘੱਟ ਹੁੰਦੇ ਨੇ। ਇਸ ਕਾਰਨ ਹੀ ਚੰਗੇ ਸੱਚੇ ਲੋਕਾਂ ਨੂੰ ਹਮੇਸ਼ਾ ਇਕੱਲਤਾ ਹੰਡਾਉਣੀ ਪੈਂਦੀ ਹੈ ਅਤੇ ਦੁਨੀਆ ਦੇ ਉੱਪਰ ਰਾਜ ਕਰਨ ਵਾਲੇ ਲੋਕ ਜੋ ਜ਼ਿਆਦਾਤਰ ਬੇਈਮਾਨ, ਲਾਲਚੀ ਅਤੇ ਭ੍ਰਿਸ਼ਟ ਹੁੰਦੇ ਨੇ, ਉਹਨਾਂ ਕੋਲ ਵਿਸ਼ਾਲ ਗਿਣਤੀ ਵਿੱਚ ਦੋਸਤ ਮਿੱਤਰ ਹੁੰਦੇ ਨੇ, ਉਹਨਾਂ ਵਰਗੇ ਹੀ ਦਗੇਬਾਜ਼, ਗੁੰਡੇ, ਬਦਮਾਸ਼। ਸੱਚ ਕਿਹਾ ਜਾਵੇ ਤਾਂ ਉਹ ਦੋਸਤ ਨਹੀਂ ਹੁੰਦੇ, ਦੋਸਤੀ ਦੇ ਪਰਦੇ ਹੇਠ ਲੁਕੇ ਦੁਸ਼ਮਣ ਹੁੰਦੇ ਨੇ। ਦੂਜੇ ਪਾਸੇ ਕਿਸੇ ਵੀ ਅਵਤਾਰੀ ਪੁਰਸ਼ ਨੂੰ ਜ਼ਿੰਦਗੀ ਜਿਉਂਦਿਆਂ ਬਹੁਤ ਹੀ ਘੱਟ ਲੋਕ ਦੋਸਤ ਦੇ ਤੌਰ 'ਤੇ ਮਿਲੇ ਨੇ, ਪਰ ਉਹਨਾਂ ਦੀ ਮੌਤ ਤੋਂ ਬਾਅਦ ਜ਼ਰੂਰ ਉਹਨਾਂ ਦੀ ਸੋਚ ਨੂੰ ਮੰਨਣ ਵਾਲੀ ਗਿਣਤੀ ਬਹੁਤ ਵਿਸ਼ਾਲ ਹੋ ਜਾਂਦੀ ਹੈ। ਵਰਤਮਾਨ ਸਮੇਂ ਵਿੱਚ ਬਹੁਤ ਸਾਰੇ ਧਾਰਮਿਕ ਆਗੂ ਅਖਵਾਉਂਦੇ ਲੋਕ ਜਦ ਆਪਣੇ ਪਿੱਛੇ ਲੱਖਾਂ ਕਰੋੜਾਂ ਦੀ ਗਿਣਤੀ ਦੀ ਗੱਲ ਕਰਦੇ ਨੇ ਤਦ ਉਹਨਾਂ ਦੀ ਅਕਲ ਦਾ ਜਲੂਸ ਨਿਕਲ ਹੀ ਜਾਂਦਾ ਹੈ। ਅਤੇ ਜੋ ਵਿਅਕਤੀ ਆਪਣੇ ਪਿੱਛੇ ਤੁਰਨ ਵਾਲਿਆਂ ਨੂੰ ਦੋਸਤ ਸਮਝ ਲੈਂਦਾ ਹੈ ਤਾਂ ਉਹ ਹਮੇਸ਼ਾ ਮੂਰਖਾਂ ਵਰਗਾ ਹੀ ਹੁੰਦਾ ਹੈ, ਕਿਉਂਕਿ ਲੋਕ ਹਮੇਸ਼ਾ ਆਪਣੀਆਂ ਲੋੜਾਂ ਪਿੱਛੇ ਤੁਰਦੇ ਨੇ, ਵਿਅਕਤੀਆਂ ਪਿੱਛੇ ਨਹੀਂ ਤੁਰਦੇ ਹੁੰਦੇ। ਔਰ ਆਮ ਤੌਰ 'ਤੇ ਬਹੁਤ ਸਾਰੇ ਰਾਜਨੀਤਿਕ ਅਤੇ ਕਲਾਕਾਰ ਲੋਕ ਵੀ ਇਸ ਤਰ੍ਹਾਂ ਹੀ ਸੋਚਦੇ ਨੇ ਕਿ ਲੋਕ ਉਹਨਾਂ ਦੇ ਪਿੱਛੇ ਤੁਰਦੇ ਨੇ, ਉਹਨਾਂ ਨੂੰ ਫੋਲੋ ਕਰਦੇ ਨੇ, ਪਰ ਹਕੀਕਤ ਕੁਝ ਹੋਰ ਹੀ ਹੁੰਦੀ ਹੈ। ਆਮ ਤੌਰ 'ਤੇ ਬਹੁਤ ਸਾਰੇ ਰਾਜਨੀਤਿਕ ਅਤੇ ਕਲਾਕਾਰ ਲੋਕ ਇਸ ਤਰ੍ਹਾਂ ਹੀ ਸੋਚਦੇ ਨੇ ਕਿ ਲੋਕ ਉਹਨਾਂ ਦੇ ਪਿੱਛੇ ਤੁਰਦੇ ਨੇ, ਪਰ ਇਹੀ ਲੋਕ ਸਮਾਂ ਆਉਣ 'ਤੇ ਜਦ ਉਹਨਾਂ ਦੀਆਂ ਉਹ ਵਿਅਕਤੀ ਲੋੜਾਂ ਪੂਰੀਆਂ ਨਹੀਂ ਕਰ ਪਾਉਂਦੇ ਅਤੇ ਤਦ ਉਸਦੀ ਪਿੱਠ ਵਿੱਚ ਛੁਰਾ ਮਾਰਨ ਨੂੰ ਵੀ ਹਿਚਕਚਾਉਂਦੇ।
ईसा मसीह नूं जद सूली चढ़ाउण दा वक्त आया सी तद भी उन्हां दे चेलियां विच्चों कोई सूली नहीं चढ़िया सी। गुरु नानक देव जी ने भी जद अपने वर्गे किसी महान मनुख रूपी दोस्त की परख की सी तद गुरु अंगद देव जी तो बगैर कोई भी रिश्तेदार या सन्मान करन वाला व्यक्ति पूरा नहीं सी उतरिया। गुरु गोबिंद राय ने जद अपने कोल रहन वाले सिखा रिश्तेदार आम आउण वाले श्रद्धालु लोगों विचों प्यारियां दे रूप विच दोस्तों की भाल की सी तद पंजां नूं छड्ड के कोई नहीं सी नितरिया। उल्टा बहुत सारे नज़दीकियां ते रिश्तेदार ने तो माता गुजरी जी कोल जा के गुरु साहब नूं पागल होण तक दे खिताब भी बख्श दित्ते सी। सो इस तरह ही जिंदगी दी सच्चाई नूं जद ही असीं समझदे हां तद ही सानूं असलियत विखाई दिंदी है। श्री गुरु तेग बहादुर साहब जी की शहीदी समय भी उन्होंने तीन महान मनुखां का साथ मिलिया सी, भाई मतीदास जी, भाई सतीदास जी ते भाई दयाला जी, जिन्हां अपनी दोस्ती अते प्यार कारण ही आरे थले चीरे जाना, देग विच उबल जाना, जिउंदिआं जी सड़ जाना प्रवान कर लिया सी, पर अपने प्यारे गुरु दे नाल दगा कमाउणा प्रवान नहीं सी कीता। सो इस तरह के महान लोकां कारण ही दुनिया उपर दोस्ती अते प्यार दी होंद दिखाई दिंदी है। दुनिया दे अग्ञानी लोग अपने पिछे तुरन वाले सफारथ नाल भरे लोगों की गिणती करके अते दस के अकलों हीणे राजनीतिकां नूं तां गुमराह कर सकदे, पर दुनिया दे सच अते सच्चाई नूं जानण वाले सियाणे लोगों नूं गुमराह नहीं कर सकदे कि लखां करोड़ां दी गिणती विच तुरन वाले लोग दोस्त नहीं हो सकदे। इकट्ठा ते डांग दे जोर नाल इज्जत दा दोस्तो बनाए जा सकते ने जो जानवर या मनुख भी हो सकते ने, पर दोस्त हमेशा बहुत ही नवेकले लोग होंदे ने जो दूर हो के तुरन दे बावजूद भी प्यार दे बन्ने हुए ही तुहाडे नाल तुरदे ने ते स्वार्थां अते ताकत दे बन्ने हुए नहीं तुरदे। नाज़रीन अज दे प्रोग्राम विच असीं दोस्ती बारे गलबात कर रहे हां। दोस्ती ना कोई खोज है ते ना कोई विधवता दा नतीजा है। दोस्ती उदों भी सी जदों असीं दोस्ती दा अर्थ भी नहीं सी जानदे, क्योंकि दोस्ती जरूरत सी, है अते हमेशा रहेगी। इंसान ने जानवरां तों अपने आप नूं वखरा ते बेहतर शायद तां ही बनाया जदों उसने इकट्ठिया रहना शुरू किया, मुश्किलां नाल मिल के मुकाबला करना शुरू किया ते नाल नाल दुख सुख भोगण अते वंडाउणा शुरू किया। उदों ही इंसान ने जाणिया होवेगा कि इस कला नूं जिसनूं अज असीं दोस्ती कह रहे हैं इंसान ने उदों ही सिख्या होवेगा कि किवें बराबर दे हितां चाहतां ख्वाहिशां लई अजनबी लोकां दा साथ हासिल किया जाता है ते किद्दां उन्हां नूं नाल लिया जाता है। सांझियां लोड़ां लई लड़दे हुए एक दूजे दे नेड़े होण वाले लोग ही दोस्ती दे अर्थ जानण पछाणन लगे। और गुफा काल विच भी इंसान ना तां सिर्फ इकला रहिंदा सी अते ना ही लोकां तों वख हो के रहिंदा सी, जंगल विच रहिंदे होए भी वह दोस्ती दे दायरे विच बझा होया सी। इही दोस्ती दा दायरा उसनू जानवरां दे झुंड तों वख करदा सी ते जिवें जिवें वखरे वखरे दौर विच जिउण रहण मिलण जुलण अते आपस विच सारे दूजे रिश्तियां दीयां कहानियां बदलदियां ने उह जिहा ही कुछ दोस्ती नाल भी होया है जी। हुण अज दे समें विच इंटरनैट दे इस दौर दी दोस्ती दा चेहरा पूरी तरह बदल गया है। बेनामी मेहरबानी भी दोस्ती नूं खत्म करदी है। असीं पिछे कृष्ण ते सुदामे दी दोस्ती नूं किताबी गल कहा सी, इस गल नूं थोड़ा को साफ कर लईए। सुदामा जदों अपने दोस्त कृष्ण कोल गया तां उस दी दोस्ती दा दावा असल विच दोस्ती दा दावा ते माण नहीं सी, उह तां असल विच अत दी गरीबी दी हालत विच बचपन दे दोस्त कृष्ण अगे मदद करन लई उस बचपन दी दोस्ती दा वास्ता ही सी। उह दोस्ती दा हक नहीं सी, दोस्ती दा तरला सी, उह दोस्ती दे माण सदके नहीं सगों दोस्ती दा वास्ता पा के उहदे कोलों कुछ मंगण गया सी। सो दोस्ती दे जारी रखण लई जरूरी है कि दोवां धिरां दी आर्थिक ते मानसिक पद्धर एक होए, नहीं तो एक धिर दूजी नूं खिच रही प्रतीत होवेगी। सो इहो जी दोस्ती नूं दूर तक खिचिया भी नहीं जा सकता। एक दोस्त पल्ला छुड़ा के आखिरकार अगे निकल जाता है ते दूजा पिछे बिट बिट वेंदा रह जाता है।
ਨਾਜ਼ਰੀਨ, ਅੱਜ ਦੇ ਪ੍ਰੋਗਰਾਮ ਵਿੱਚ ਦੋਸਤੀ ਬਾਰੇ ਗੱਲ ਚੱਲ ਰਹੀ ਹੈ। ਦੋਸਤੀ ਬਾਰੇ ਇਹ ਵੀ ਸਮਝਣ ਵਾਲੀ ਗੱਲ ਹੈ ਕਿ ਦੋਸਤ ਨੇੜੇ ਨੇੜੇ ਉਗਰੇ ਦਰਖਤਾਂ ਵਾਂਗ ਹੁੰਦੇ ਨੇ। ਉਹਨਾਂ ਦਾ ਬਹੁਤ ਨੇੜੇ ਹੋਣਾ ਉਹਨਾਂ ਦੀ ਦੋਸਤੀ ਦੇ ਵਿਕਾਸ ਨੂੰ ਰੋਕ ਦੇਵੇਗਾ ਅਤੇ ਉਹਨਾਂ ਦਾ ਬਹੁਤ ਦੂਰ ਹੋਣਾ ਉਹਨਾਂ ਦੀ ਸਾਂਝ ਨੂੰ ਮੁਕਾ ਦੇਵੇਗਾ। ਇਸ ਲਈ ਦੋਸਤੀ ਦੇ ਵਧਣ ਫੁੱਲਣ ਲਈ ਜ਼ਰੂਰੀ ਹੈ ਕਿ ਨਾ ਤਾਂ ਦੋਸਤ ਦੇ ਸਿਰ 'ਤੇ ਹਰ ਵੇਲੇ ਚੜ੍ਹੇ ਰਹੀਏ ਅਤੇ ਨਾ ਹੀ ਉਸ ਤੋਂ ਬਹੁਤਾ ਦੂਰ ਜਾਈਏ ਅਤੇ ਮਿਲਣ ਵਿੱਚ ਮਹੀਨੇ ਅਤੇ ਵਰ੍ਹੇ ਲਾ ਦੇਈਏ। ਦੋਸਤਾਂ ਦੇ ਮਿਲਣ ਵਰਤਣ ਵਿੱਚ ਇੱਕ ਸੰਤੁਲਨ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਦੋਸਤੀ ਉਸ ਵਾਤਾਵਰਣ ਵਿੱਚ ਪੈਂਦੀ ਹੈ ਜਿਸ ਵਿੱਚ ਦੋਵੇਂ ਧਿਰਾਂ ਸਾਂਝੇ ਮੁਕਾਬਲੇ ਤੋਂ ਮੁਕਤ ਹੋਣ। ਜਮਾਤੀਆਂ ਦੀ ਦੋਸਤੀ ਜਾਂ ਇੱਕ ਦਫ਼ਤਰ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਦੋਸਤੀ ਦੋਸਤੀ ਨਹੀਂ ਹੁੰਦੀ। ਇਹ ਦੋਸਤੀ ਤਾਂ ਅਸਲ ਵਿੱਚ ਸਾਂਝੇ ਦੁਸ਼ਮਣ ਵਿਰੁੱਧ ਮੋਰਚੇ ਬੰਦੀ ਹੁੰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਡਾਕਟਰ ਅਤੇ ਇੰਜੀਨੀਅਰ ਤਾਂ ਆਪਸ ਵਿੱਚ ਦੋਸਤ ਹੋ ਸਕਦੇ ਨੇ, ਦੋ ਡਾਕਟਰ ਜਾਂ ਦੋ ਇੰਜੀਨੀਅਰ ਨਹੀਂ। ਨਿਕੰਮੇ ਲੋਕ ਦੋਸਤੀ ਨੂੰ ਮਿਲਣ ਵਾਲੇ ਲਾਭਾਂ ਨਾਲ ਮਿਲਦੇ ਨੇ, ਜਦੋਂ ਕਿ ਦੋਸਤੀ ਪ੍ਰਾਪਤੀ ਦਾ ਨਹੀਂ ਤਿਆਗ ਦਾ ਰਿਸ਼ਤਾ ਹੈ। ਦੋਸਤੀ ਦਾ ਸਮੁੱਚਾ ਸੰਕਲਪ ਸਮਤਵਾਦੀ ਯੁੱਗ ਦੀ ਦੇਣ ਹੈ। ਪੂੰਜੀਵਾਦ ਨੇ ਹਰ ਖੇਤਰ ਵਿੱਚ ਅਤੇ ਹਰ ਵਿਅਕਤੀ ਵਿੱਚ ਮੁਕਾਬਲੇ ਅਤੇ ਸਵਾਰਥੀ ਰੁਚੀ ਇਸ ਹੱਦ ਤੱਕ ਬਲਵਾਨ ਕਰ ਦਿੱਤੀ ਹੈ ਕਿ ਦੋਸਤੀ ਜਿਹਾ ਸੁਭਾਵਿਕ ਰਿਸ਼ਤਾ ਇੱਕ ਅਜੂਬਾ ਬਣ ਗਿਆ ਹੈ। ਸੋ ਬਹੁਤ ਸਾਰੀਆਂ ਅਜੋਕੀਆਂ ਮਾਨਸਿਕ ਬਿਮਾਰੀਆਂ ਦਾ ਕਾਰਨ ਇਹ ਹੈ ਕਿ ਆਪਣੇ ਦਿਲ ਦੀ ਵੇਦਨਾ ਦੱਸਣ ਲਈ ਸਾਡਾ ਕੋਈ ਦੋਸਤ ਨਹੀਂ। ਜੋ ਕੁਝ ਇੱਕ ਦੋਸਤ ਨੂੰ ਦੂਜੇ ਲਈ ਆਪ ਮੁਹਾਰੇ ਕਰਨਾ ਚਾਹੀਦਾ ਹੈ, ਉਸ ਦੀ ਹੁਣ ਅਖਬਾਰਾਂ ਵਿੱਚ ਖਬਰ ਛਪਦੀ ਹੈ। ਸੋ ਦੋਸਤਾਂ ਨੂੰ ਦੱਸਿਆਂ ਸਾਡੀਆਂ ਖੁਸ਼ੀਆਂ ਵਧਣੀਆਂ ਚਾਹੀਦੀਆਂ ਹਨ। ਸੋ ਉਹਨਾਂ ਨਾਲ ਵੰਡਿਆਂ ਸਾਡੇ ਗਮ, ਸਾਡੀਆਂ ਦੁੱਖ ਤਕਲੀਫਾਂ ਘਟਣੇ ਚਾਹੀਦੇ ਨੇ। ਪਰ ਸਾਡੀਆਂ ਅਜੋਕੀਆਂ ਨਿੱਜੀ ਸਮੱਸਿਆਵਾਂ ਬਹੁਤ ਕਰਕੇ ਸਾਡੇ ਦੋਸਤਾਂ ਦੀਆਂ ਮਿਹਰਬਾਨੀਆਂ ਸਦਕਾ ਹੀ ਹੁੰਦੀਆਂ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਪੱਕੇ ਦੁਸ਼ਮਣ ਬਣ ਹੀ ਹੋ ਸਕਦੇ ਨੇ ਜੋ ਕਿਸੇ ਸਮੇਂ ਪੱਕੇ ਦੋਸਤ ਰਹੇ ਹੋਣ। ਪੂੰਜੀਵਾਦ ਹਰ ਵਸਤੇ ਰਿਸ਼ਤੇ ਨੂੰ ਪੈਸੇ ਦੀ ਤੱਕੜੀ ਵਿੱਚ ਤੋਲਦਾ ਹੈ। ਸੱਚ ਤਾਂ ਇਹ ਹੈ ਕਿ ਅਜੋਕੇ ਯੁੱਗ ਵਿੱਚ ਦੋਸਤੀ ਸੰਭਵ ਹੀ ਨਹੀਂ। ਰਾਜਨੀਤੀ ਵੀ ਮੇਰੇ ਦੁਸ਼ਮਣ ਦਾ ਦੁਸ਼ਮਣ, ਮੇਰਾ ਦੋਸਤ ਦੇ ਅਸੂਲ ਉੱਤੇ ਉਸਰਦੀ ਜਾ ਰਹੀ ਹੈ। ਹੁਣ ਤਾਂ ਸਾਡੇ ਦੁਸ਼ਮਣ ਵਿੱਚ ਵੀ ਦੋਸਤ ਬਣਨ ਦੀਆਂ ਸੰਭਾਵਨਾਵਾਂ ਸੁੰਗੜ ਰਹੀਆਂ ਨੇ। ਸੋ ਦੋਸਤੀ ਦੁਸ਼ਮਣੀ ਬਾਰੇ ਗੱਲ ਕਰਦੇ ਹਾਂ, ਅਸੀਂ ਕਹਿ ਸਕਦੇ ਹਾਂ ਕਿ ਦੁਸ਼ਮਣਾਂ ਵਰਗੇ ਦੋਸਤਾਂ ਤੋਂ ਬਚਣ ਦੇ ਨਵੇਂ ਤੋਂ ਨਵੇਂ ਸੰਕਲਪ ਉਸਰ ਰਹੇ ਨੇ। ਜਿਵੇਂ ਕਹਿੰਦੇ ਨਾ ਕਿ ਦੁਸ਼ਮਣ 'ਤੇ ਭਾਵੇਂ ਇਤਬਾਰ ਕਰ ਲਵੋ ਪਰ ਆਪਣੇ ਨਾਰਾਜ਼ ਦੋਸਤ ਉੱਤੇ ਨਹੀਂ। ਇਹ ਵੀ ਕਹਿੰਦੇ ਨੇ ਕਿ ਦੁਸ਼ਮਣ ਨੂੰ ਇੰਝ ਮਿਲੋ ਜਿਵੇਂ ਉਸਨੇ ਇੱਕ ਦਿਨ ਦੋਸਤ ਬਣ ਜਾਣਾ ਹੋਵੇ। ਮਹਿੰਗਾਈ ਦੇ ਜ਼ਮਾਨੇ ਵਿੱਚ ਦੋਸਤੀਆਂ ਵੀ ਮਹਿੰਗੀਆਂ ਹੋ ਜਾਂਦੀਆਂ ਨੇ। ਸਾਡਾ ਆਲਾ ਦੁਆਲਾ ਇਸ ਹੱਦ ਤੱਕ ਭ੍ਰਿਸ਼ਟ ਹੋ ਗਿਆ ਹੈ ਕਿ ਅਸੀਂ ਸਾਰੇ ਕਿਸੇ ਸੱਚੇ ਮਿੱਤਰ ਨੂੰ ਮਿਲਣ ਲਈ ਸਹਿਕੇ ਹੋਏ ਫਿਰਦੇ ਹਾਂ। ਹੁਣ ਤਾਂ ਆਪਣੇ ਦੋਸਤਾਂ ਦੀਆਂ ਵਧੀਕੀਆਂ ਬਿਆਨ ਕਰਨ ਲਈ ਸਾਨੂੰ ਹੋਰ ਦੋਸਤਾਂ ਦੀ ਲੋੜ ਬਣੀ ਰਹਿੰਦੀ ਹੈ। ਦੋਸਤੀ ਦੀਆਂ ਉਦਾਹਰਨਾਂ ਦੇਣ ਲਈ ਸਾਨੂੰ ਮਨੁੱਖੀ ਅਨੁਭਵ ਦੇ ਅਤੀਤ ਵੱਲ ਮੁੜਨਾ ਪੈਂਦਾ ਹੈ। ਅਤੇ ਇੱਕ ਵਾਰੀ ਰੋਮ ਵਿੱਚ ਇੱਕ ਮੁਜਰਿਮ ਨੂੰ ਬਾਦਸ਼ਾਹ ਨੇ ਪੁੱਛਿਆ ਕਿ ਤੂੰ ਮੁੜ ਮੁੜ ਆਪਣੀ ਦੋਸਤੀ ਦਾ ਦਾਅਵਾ ਕਰ ਰਿਹਾ ਹੈ, ਦੱਸ ਤੂੰ ਆਪਣੇ ਦੋਸਤ ਵਾਸਤੇ ਕੀ ਕਰਨ ਲਈ ਤਿਆਰ ਹੈ? ਤਾਂ ਲਓ ਜੀ ਅੱਗੋਂ ਉੱਤਰ ਮਿਲਿਆ, ਸਭ ਕੁਛ। ਸਭ ਕੁਛ ਕੀ? ਸਭ ਕੁਛ ਉਹਨੂੰ ਪੁੱਛਿਆ ਗਿਆ ਤਾਂ ਫਿਰ ਉੱਤਰ ਮਿਲਿਆ, ਸਭ ਕੁਛ। ਤਾਂ ਬਾਦਸ਼ਾਹ ਨੇ ਕਿਹਾ ਕਿ ਜੇ ਉਹ ਕਹੇ ਕਿ ਪਵਿੱਤਰ ਮੰਦਰਾਂ ਨੂੰ ਅੱਗ ਲਾ ਦੇ, ਕੀ ਤੂੰ ਇਵੇਂ ਹੀ ਕਰੇਗਾ? ਉੱਤਰ ਮਿਲਿਆ, ਮੈਂ ਆਪਣੇ ਦੋਸਤ ਨੂੰ ਜਾਣਦਾ, ਉਹ ਕਦੇ ਅਜਿਹਾ ਨਹੀਂ ਕਰੇਗਾ, ਪਰ ਜੇ ਉਹ ਅਜਿਹਾ ਕਹੇ ਤਾਂ? ਤਾਂ ਦੋਸਤ ਨੇ ਬੜੇ ਮਾਣ ਨਾਲ ਕਿਹਾ, ਹਾਂ ਉਹਦੇ ਕਿਹਾ ਮੈਂ ਪਵਿੱਤਰ ਮੰਦਰਾਂ ਨੂੰ ਵੀ ਅੱਗ ਲਾ ਦੇਵਾਂਗਾ। ਇਹ ਹੁੰਦਾ ਸੀ ਦੋਸਤੀ 'ਤੇ ਮਾਣ ਅਤੇ ਵਿਸ਼ਵਾਸ। ਇਵੇਂ ਹੀ ਇੱਕ ਹੀ ਸ਼ਹਿਰ ਵਿੱਚ ਹੜ੍ਹ ਵਿੱਚ ਘਿਰੇ ਦੋ ਦੋਸਤਾਂ ਨੇ ਤੀਜੇ ਨੂੰ ਬੌੜਨ ਲਈ ਸੁਨੇਹਾ ਭੇਜਿਆ ਤਾਂ ਵਿਚਾਰਾ ਤੀਜਾ ਦੋਸਤ ਇਸ ਦੁਚਿੱਤੀ ਵਿੱਚ ਹੀ ਪਾਗਲ ਹੋ ਗਿਆ ਕਿ ਪਹਿਲਾਂ ਕਿਸ ਵੱਲ ਜਾਵੇ। ਸੋ ਇੱਕ ਹੋਰ ਮਿਸਾਲ ਹੈ, ਇੱਕ ਦੋਸਤ ਨੇ ਮਰਨ ਲੱਗਿਆਂ ਕਿਹਾ ਕਿ ਆਪਣੀ ਮਾਂ ਦੀ ਦੇਖਭਾਲ ਕਰਨ ਦਾ ਮਾਣ ਮੈਂ ਵੱਡੇ ਦੋਸਤ ਨੂੰ ਦਿੰਦਾ ਅਤੇ ਆਪਣੀ ਧੀ ਦਾ ਵਿਆਹ ਕਰਨ ਦਾ ਮਾਣ ਛੋਟੇ ਦੋਸਤ ਨੂੰ। ਅਤੇ ਇਸ ਮਾਣ ਭਰੇ ਦਾਅਵੇ ਉੱਤੇ ਲੋਕ ਤਾਂ ਹੱਸੇ ਪਰ ਦੋਸਤ ਖੁਸ਼ ਹੋਏ। ਛੋਟੇ ਦੋਸਤ ਨੇ ਆਪਣੀ ਧੀ ਅਤੇ ਦੋਸਤੀ ਧੀ ਦਾ ਇੱਕ ਹੀ ਦਿਹਾੜੇ ਆਪਣੀ ਅੱਧੀ ਅੱਧੀ ਜਾਇਦਾਦ ਦਾ ਦਾਜ ਦੇ ਕੇ ਵਿਆਹ ਕੀਤਾ। ਸੋ ਦੋਸਤੋ, ਇਹਨਾਂ ਮਿਸਾਲਾਂ ਦਾ ਉਦੇਸ਼ ਇਹ ਦੱਸਣਾ ਹੈ ਕਿ ਦੋਸਤੀ ਕੀ ਹੋਇਆ ਕਰਦੀ ਸੀ ਅਤੇ ਅੱਜ ਕੱਲ੍ਹ ਕੀ ਬਣ ਗਈ ਹੈ।
दोस्त एक अजिहा व्यक्ति हुंदा है जिसकी किसी नाल तुलना नहीं की जा सकती। दोस्ती विच मदद करन वाले दा धन्नवाद नहीं किया जाता, मदद करन वाला मदद लैन वाले दा धन्नवाद करता है। एक बारी एक दोस्त कोल अजिहा भेद सी जिस दे दस्या एक दोस्त नूं लाभ हुंदा सी ते दूजे नूं नुकसान। ते अजिहियां स्थितियां विच ही दोस्ती परखी जाती है। जिवें असीं हक्कां प्रति वधेरे सुचेत हो के अपने फर्जा प्रति अवेसले हो गए हाँ, इवें ही असी दोस्तों दीआं वधीकियां तां याद रखते हैं पर अपनियां कीतियां भुल जाने हैं। सो आओ आपां दोस्तां नाल कीतियां वधीकियां नूं चेते करिए ते दोस्ती दे अर्थ होर डूंघा जाके लभण की कोशिश करिए। सो प्रोग्राम का समा समाप्त है। खुश रहो, आबाद रहो ते मैनूं दिओ आग्या। वेखते रहो प्राइम एशिया टीवी, तुहाडा अपना तुहाडे लई। प्राइम एशिया टीवी दिल दीआं गहराइयां चों आप सब वल्लों दित्ते प्यार लई धन्नवादी है कि थोड़े जे समें विच ही तुसीं सानूं घर घर दी पसंद बना दित्ता है। अजिहे च असीं पहलां नालों वी ज़्यादा मेहनत नाल होर नवें प्रोग्राम लैके आ रहे हैं, पर तुहाडे साथ तों बिना असीं कुछ वी नहीं हाँ। सो यूट्यूब ते साडा चैनल सबसक्राइब करना ना भुलना ते बैल दा बटन जरूर दबाउणा तां जो नवें प्रोग्रामां दा नोटिफिकेशन तुहानूं मिल सके। इन्हां प्लेटफॉर्म्स ते वी तुसीं सानूं देख सकदे हो ते इस दे नाल ही इन्हां सारे प्लेटफॉर्म्स ते वी असीं अवेलेबल हाँ ते साडा फेसबुक पेज वी लाइक करना। प्राइम एशिया टीवी, तुहाडा अपना तुहाडे लई।